ਕੁਛ ਮੈਂ ਸਵਾਲਾਂ ਦੇ ਰੂਪ ਦੇ ਵਿੱਚ ਕਵਿਤਾ ਦੀਆਂ ਟੁਕੜੀਆਂ ਲਿਖੀਆਂ ਹੋਈਆਂ। ਮਹਿਕ ਕਿੱਥੋਂ ਲੈ ਆਉਂਦੇ ਨੇ ਮਹਿਕਾਂ ਦੇ ਬਨਜਾਰੇ ਫੁੱਲ, ਮਹਿਕ ਕਿੱਥੋਂ ਲੈ ਆਉਂਦੇ ਨੇ ਮਹਿਕਾਂ ਦੇ ਬਨਜਾਰੇ ਫੁੱਲ। ਦੂਸਰਾ ਸਵਾਲ ਹੈ, ਇੰਨੇ ਰੰਗਾਂ ਦਾ ਭਾਰ ਚੁੱਕੀ ਕਿਵੇਂ ਉੱਡਦੀਆਂ ਫਿਰਨ ਤਿੱਤਲੀਆਂ। ਇੰਨੇ ਰੰਗਾਂ ਦਾ ਭਾਰ ਚੁੱਕੀ ਕਿਵੇਂ ਉੱਡਦੀਆਂ ਫਿਰਨ ਤਿੱਤਲੀਆਂ। ਮਧੂ ਮੱਖੀ ਨੂੰ ਫੁੱਲਾਂ ਦੇ ਬਾਗ ਦਾ ਪਤਾ ਕੌਣ ਦੱਸਦਾ ਹੈ। ਮਧੂ ਮੱਖੀ ਨੂੰ, ਸ਼ੁਕਰੀਆ ਜੀ, ਮਧੂ ਮੱਖੀ ਨੂੰ ਫੁੱਲਾਂ ਦੇ ਬਾਗ ਦਾ ਪਤਾ ਕੌਣ ਦੱਸਦਾ ਹੈ। ਤਬਦੀਲੀ ਚਾਹੁਣ ਵਾਲਾ, ਤਬਦੀਲੀ ਚਾਹੁਣ ਵਾਲਾ ਵੇਲੇ ਦੀਆਂ ਨਜ਼ਰਾਂ ਵਿੱਚ ਕਿਉਂ ਬਣ ਜਾਵੇ ਕੁਰਾਈਆ। ਤਬਦੀਲੀ ਚਾਹੁਣ ਵਾਲਾ ਵੇਲੇ ਦੀਆਂ ਨਜ਼ਰਾਂ ਵਿੱਚ ਕਿਉਂ ਬਣ ਜਾਵੇ ਕੁਰਾਈਆ। ਇੱਕ ਹੋਰ ਸਵਾਲ ਹੈ ਕਿ ਕੀ ਪ੍ਰਵਾਸੀ ਹੋਣ ਦੀ ਪੀੜ, ਕੀ ਪ੍ਰਵਾਸੀ ਹੋਣ ਦੀ ਪੀੜ ਭੁੱਖੇ ਰਹਿਣ ਦੀ ਪੀੜ ਤੋਂ ਜ਼ਿਆਦਾ ਵੱਡੀ ਹੈ। ਕੀ ਪ੍ਰਵਾਸੀ ਹੋਣ ਦੀ ਪੀੜ ਭੁੱਖੇ ਰਹਿਣ ਦੀ ਪੀੜ ਤੋਂ ਜ਼ਿਆਦਾ ਵੱਡੀ ਹੈ। ਕੀ ਅਸੀਂ ਲੀਰਾਂ ਨੂੰ ਸੰਭਾਲਦੇ ਸਬੂਤੀ ਪੋਸ਼ਾਕ ਨਹੀਂ ਗਵਾ ਬਹਿੰਦੇ। ਕੀ ਅਸੀਂ ਲੀਰਾਂ ਨੂੰ ਸੰਭਾਲਦੇ ਸਬੂਤੀ ਪੋਸ਼ਾਕ ਨਹੀਂ ਗਵਾ ਬਹਿੰਦੇ। ਸ਼ਹਿਦ ਨੂੰ ਜਨਮ ਦੇਣ ਵਾਲੀ ਮਧੂ ਮੱਖੀ ਦੇ ਡੰਗ ਵਿੱਚ ਜ਼ਹਿਰ ਕਿੱਥੋਂ ਆਉਂਦਾ ਹੈ। ਸ਼ਹਿਦ ਨੂੰ ਜਨਮ ਦੇਣ ਵਾਲੀ ਮਧੂ ਮੱਖੀ ਦੇ ਡੰਗ ਵਿੱਚ ਜ਼ਹਿਰ ਕਿੱਥੋਂ ਆਉਂਦਾ ਹੈ। ਜੇ ਸਾਡੇ ਅੰਦਰ ਦਾਦੀ ਮਾਂ ਤੋਂ ਸੁਣੀ ਲੋਰੀ ਜਿਉਂਦੀ ਏ, ਜੇ ਸਾਡੇ ਅੰਦਰ ਦਾਦੀ ਮਾਂ ਤੋਂ ਸੁਣੀ ਲੋਰੀ ਜਿਉਂਦੀ ਏ ਤਾਂ ਅਸੀਂ ਨਵੀਂ ਪੌਦ ਲਈ ਲੋਰੀਆਂ ਕਿਉਂ ਨਹੀਂ ਲਿਖ ਰਹੇ। ਜੇ ਸਾਡੇ ਅੰਦਰ ਦਾਦੀ ਮਾਂ ਤੋਂ ਸੁਣੀ ਲੋਰੀ ਜਿਉਂਦੀ ਏ ਤਾਂ ਅਸੀਂ ਨਵੀਂ ਪੌਦ ਲਈ ਲੋਰੀਆਂ ਕਿਉਂ ਨਹੀਂ ਸਿਰਜ ਰਹੇ। ਅਤੇ ਅਗਲਾ ਸਵਾਲ ਹੈ ਕਿ ਸਾਰੇ ਸਿਆਣਿਆਂ ਦੇ ਕਹੇ ਸ਼ਬਦਾਂ ਦਾ ਕਿਵੇਂ ਮੇਲ ਹੋ ਜਾਂਦਾ ਦੱਸੇ ਕੋਈ। ਸਾਰੇ ਸਿਆਣਿਆਂ ਦੇ ਕਹੇ ਸ਼ਬਦਾਂ ਦਾ ਕਿਵੇਂ ਮੇਲ ਹੋ ਜਾਂਦਾ ਦੱਸੇ ਕੋਈ। ਅਤੇ ਦਿਲ ਦੇ ਦਰਵਾਜ਼ੇ 'ਤੇ ਕਿਸੇ ਦਸਤਕ ਦੇਣ ਵਾਲੇ ਦੀ ਕਿਉਂ ਹਰ ਵੇਲੇ ਰਹਿੰਦੀ ਏ ਉਡੀਕ। ਅਤੇ ਅਗਲਾ ਸਵਾਲ ਹੈ ਜੀ ਕਿ ਮਖੌਟਿਆਂ ਦੇ ਸ਼ਹਿਰ ਅੰਦਰ ਅਸਲੀ ਚਿਹਰਾ ਵੀ ਕਿਉਂ ਵਿਕ ਜਾਂਦਾ ਮਖੌਟੇ ਦੇ ਭਾਅ। ਮਖੌਟਿਆਂ ਦੇ ਸ਼ਹਿਰ ਅੰਦਰ ਅਸਲੀ ਚਿਹਰਾ ਵੀ ਕਿਉਂ ਵਿਕ ਜਾਂਦਾ ਮਖੌਟੇ ਦੇ ਭਾਅ। ਕੀ ਰੇਸ਼ਮ ਦਾ ਕੀੜਾ ਜਾਣਦਾ ਹੈ ਕਿ ਉਹ ਰੇਸ਼ਮ ਬੁਣਦਾ ਹੋਇਆ ਆਪਣੀ ਮੌਤ ਦੇ ਪਰਵਾਨੇ 'ਤੇ ਹਸਤਾਖਰ ਕਰ ਰਿਹਾ ਹੈ। ਕੀ ਰੇਸ਼ਮ ਦਾ ਕੀੜਾ ਜਾਣਦਾ ਹੈ ਕਿ ਉਹ ਰੇਸ਼ਮ ਬੁਣਦਾ ਹੋਇਆ ਆਪਣੀ ਮੌਤ ਦੇ ਪਰਵਾਨੇ 'ਤੇ ਹਸਤਾਖਰ ਕਰ ਰਿਹਾ ਹੈ। ਅਤੇ ਬਸ ਦੋ ਸਵਾਲ ਰਹਿ ਗਏ ਜੀ। ਇੱਕ ਹੈ ਕਿ ਜੀਵਨ ਅਜੇ ਵੀ ਹੈ ਸੋਹਣਾ ਉੜਦੀ ਫਿਰਦੀ ਤਿੱਤਲੀ,
ਦਿੰਦੀ ਹੈ ਸੰਦੇਸ਼ ਕਿਉਂ। ਜੀਵਨ ਅਜੇ ਵੀ ਹੈ ਸੋਹਣਾ, ਉੜਦੀ ਫਿਰਦੀ ਤਿੱਤਲੀ ਦਿੰਦੀ ਹੈ ਸੰਦੇਸ਼ ਕਿਉਂ। ਘਰ ਦੀ ਛੱਤ 'ਤੇ ਮੈਂ ਸਾਂ, ਮੇਰੇ ਕੋਲ ਮੇਰਾ ਚੰਨ ਸੀ। ਘਰ ਦੀ ਛੱਤ 'ਤੇ ਮੈਂ ਸਾਂ, ਮੇਰੇ ਕੋਲ ਮੇਰਾ ਚੰਨ ਸੀ। ਚੰਦਰਮਾ ਵਾਰ ਵਾਰ ਕਿਉਂ ਬੱਦਲਾਂ 'ਚ ਲੁਕਦਾ ਰਿਹਾ। ਸ਼ੁਕਰੀਆ।